ਸੀਮੀਆ ਸਾਹਿਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਸ਼ੇ ਨੂੰ ਲੈ ਕੇ ਉਪਰਾਲੇ ਕੀਤੇ ਜਾਂਦੇ ਆ। ਵੈਗੋ ਪੰਜਾਬ ਪੁਲਿਸ ਦਾ ਵਧੀਆ ਕੰਮ ਹੈ ਤੇ ਆਪਾਂ ਨੂੰ ਵਧੀਆ ਨੂੰ ਵਧੀਆ ਹੀ ਕਹਿਣਾ ਚਾਹੀਦਾ ਹੈ ਜੀ। ਤਾਂ ਉਹਨਾਂ ਦੇ ਮਾਪਿਓ ਦੀ ਜਾਂ ਸਾਡੀ ਸਮਾਜ ਦੀ ਕੀ ਜ਼ਿੰਮੇਵਾਰੀ ਹੈ ਨਸ਼ੇ ਨੂੰ ਲੈ ਕੇ? ਕਿ ਮਾਪਿਓ ਕਹੇ ਵੀ ਪੁਲਿਸ ਦੀ ਡਿਊਟੀ ਹੈ ਮਾਪਿਓ ਦੀ ਕੋਈ ਡਿਊਟੀ ਨਹੀਂ ਬਣਦੀ। ਇਹ ਬੱਚੇ ਨੌਜਵਾਨੀ ਪੀੜ੍ਹੀ ਆ ਮਾਂ ਪਿਓ ਅਸਫਲ ਰਹਿ ਕਿਉਂ ਇਹਦੇ ਕੀ ਕਾਰਨ ਮੰਨਦੇ ਮੁਖਤ ਅਸੀਂ ਪੱਛਮੀ ਸਭਿਅਤਾ ਦੀ ਰੀਸ ਕਰਦੇ ਕਰਦੇ ਬਰਬਾਦ ਹੋ ਗਏ ਸਾਡੇ ਦੇਸ਼ ਤੇ ਪਾਕਿਸਤਾਨ ਚ ਪੱਛਮੀ ਸਭਿਅਤਾ ਦਾ ਕਿੰਨਾ ਕਸਰਤ ਵਰਕ ਹੈ ਹੁਣ ਸਾਡੇ ਬੱਚਿਆਂ ਦਾ ਪਹਰਾਵਾ ਜੀ ਤੁਸੀਂ ਇੱਥੇ ਬਾਜ਼ਾਰ ਚ ਖੜ੍ਹ ਜਿਓ ਅੱਧ ਨੰਗੇ ਕੱਪੜੇ ਪਾਈ ਫਿਰਦੇ ਆ ਕੋਈ ਨਹੀਂ ਟੋਕਦਾ ਜਵਾਨ ਪੀਡੀਏ ਵਿਦੇਸ਼ ਚ ਜਾ ਰਹੀ ਆ ਆਉਣ ਵਾਲੇ ਸਮੇਂ ਚ ਪੰਜਾਬ ਦਾ ਭਵਿੱਖ ਕਿਵੇਂ ਦੇਖਦੇ ਹੋ ਇਥੇ ਆਰੀਆ ਲੋਕ ਆਇ ਦਰਾਬੜ ਲੋਕ ਚਲੇ ਗਏ ਕਿੱਥੇ ਨੇ ਕਿੱਥੇ ਉਹਨਾਂ ਦਾ ਨਾਂ ਜਿਵੇਂ ਸਿੱਖ ਪੜ੍ਹਾਈ ਨੂੰ ਜਿਹੜੀ ਐਜੂਕੇਸ਼ਨ ਹੈ ਉਹਨੂੰ ਸਿਰਫ ਕੱਲੀ ਸਰਕਾਰੀ ਨੌਕਰੀ ਨਾਲ ਜੋੜ ਲਿਆ ਪੰਜਾਬੀਅਤ ਆਵਾਸਤੇ ਖਾਸ ਕਰਕੇ ਸਾਡੀ ਕੌਮ ਵਾਸਤੇ ਇਰਜ਼ਾਨ ਆ ਜਿਹੜਾ ਉਹ ਅੱਤ ਦਰਜੇ ਦਾ ਮਾੜਾ ਹੈ ਪੰਜਾਬ ਵਿੱਚ ਨਸ਼ਾ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਤੇ ਹਰ ਜਿਹੜਾ ਜ਼ਮੀਨ ਤੇ ਰਹਿਣ ਵਾਲਾ ਵਿਅਕਤੀ ਦੁਨੀਆ ਚ ਕਿਤੇ ਵੀ ਹੋਵੇ ਨਸ਼ਾ ਹੋ ਉਹ ਵਾਸਤੇ ਚਿੰਤਾ ਦਾ ਵਿਸ਼ਾ ਹੁੰਦਾ ਪਰ ਪੰਜਾਬ ਦੀ ਗੱਲ ਵੱਡੇ ਲੈਵਲ ਤੇ ਦੁਨੀਆ ਭਰ ਚ ਕੀਤੀ ਜਾਂਦੀ ਹੈ ਵੀ ਪੰਜਾਬ ਪੰਜਵਾਂ ਦਰਿਆ ਨਸ਼ੇ ਦਾ ਬਣ ਗਿਆ ਹੈ ਤੇ ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਉਪਰਾਲੇ ਵੀ ਕੀਤੇ ਜਾਂਦੇ ਨੇ ਪਰ ਸਾਡੇ ਨਾਲ ਜਸਕਰਨ ਸਿੰਘ ਜੀ ਸੀਮਿਆ ਨੇ ਜਿਹੜੇ ਲੇਖਕ ਵੀ ਨੇ ਤੇ ਬੁੱਧੀਜੀਵੀ ਵੀ ਨੇ ਤੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਜਗ੍ਹਾ ਜਿਹੜੇ ਦਿਨ ਮਨਾਇਆ ਗਿਆ ਉਪਰਾਲੇ ਵੀ ਕੀਤੇ ਗਿਆ। ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਨਸ਼ੇ ਨੂੰ ਉਹ ਕਿਸ ਤਰ੍ਹਾਂ ਦੇਖਦੇ ਨੇ ਸਰਕਾਰਾਂ ਦੇ ਉਪਰਾਲੇ ਨੇ ਤੇ ਨਾਲ-ਨਾਲ ਜਿਹੜੇ ਸਮਾਜਿਕ ਲੋਕ ਨੇ ਉਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਨੇ? ਹਰ ਬੰਦਾ ਕਹਿੰਦਾ ਵੀ ਪੁਲਿਸ ਦੀ ਜ਼ਿੰਮੇਵਾਰੀ ਆ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ। ਪਰ ਨਾਲ ਆਪਣੀ ਜ਼ਿੰਮੇਵਾਰੀ ਜਿਹੜੇ ਬੁੱਧੀਜੀਵ ਕਹਿੰਦੇ ਆ ਵੀ ਉਹਨਾਂ ਨੂੰ ਵੀ ਨਾਲ-ਨਾਲ ਨਿਮਾਉਣੀ ਚਾਹੀਦੀ ਆ। ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਮੀਆ ਸਾਹਿਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਸ਼ੇ ਨੂੰ ਲੈ ਕੇ ਉਪਰਾਲੇ ਕੀਤੇ ਜਾਂਦੇ ਆ ਅੱਜ ਵੀ ਸਾਈਕਲ ਰੈਲੀ ਵੀ ਕੀਤੀ ਗਈ ਪਹਿਲਾਂ ਤਾਂ ਤੁਸੀਂ ਦੱਸੋ ਵੀ ਸਾਈਕਲ ਰੈਲੀ ਠੀਕ ਆ ਤੇ ਨਾਲ ਹੋਰ ਕੀ ਕੀ ਉਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਅਸਲ ਚੰਨਾ ਜੀ ਮੈਂ ਇਹ ਗੱਲ ਆਮ ਹੀ ਕਹਿਣਾ ਹੁੰਨਾ ਸਾਡੇ ਜਿੰਨੇ ਵੀ 365 ਦਿਨਾਂ ਉਹ ਕਿਸੇ ਨਾ ਕਿਸੇ ਦਿਨ ਦੇ ਨਾਲ ਉਹਨਾਂ ਦੀ ਅਹਿਮੀਅਤਾਂ ਜਾਂ ਉਹਨਾਂ ਨੂੰ ਜੋੜ ਦਿੱਤਾ ਗਿਆ ਜਿਵੇਂ ਅੱਜ ਐਂਟੀ ਡਰੱਗਜ਼ ਡੇ ਐ ਕਿਤੇ ਫਾਦਰ ਡੇ ਐ ਕਿਤੇ ਮਦਰ ਡੇ ਐ ਕਿਤੇ ਚਿਲड्रन ਡੇ ਐ ਕਿਤੇ ਮਤਲਬ ਐਂ ਕਰਕੇ ਹਨ ਤੇ ਉਹਦਾ ਸੁਨੇਹਾ ਜਿਹੜਾ ਉਹ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜਰੀਆ ਹੁੰਦਾ ਹੈ ਅੱਜ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਸਾਰੇ ਪੰਜਾਬ ਦੇ ਵਿੱਚ ਐਂਟੀ ਡਰੱਗਜ਼ ਜਿਹੜਾ ਦਿਨ ਹੈ ਉਹਨੂੰ ਮਨਾਇਆ ਜਾ ਰਿਹਾ ਹੈ ਬਠਿੰਡਾ ਦੇ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਸੈਂਕੜੇ ਰੈਲੀ ਕੱਢੀ ਗਈ ਹੈ। ਵੇਖੋ ਮੇਰੇ ਹਿਸਾਬ ਨਾਲ ਇਹ ਬਹੁਤ ਸ਼ਲਾਘਾਜੋਕ ਕਦਮ ਹੈ। ਤੇ ਇਹਦੀ ਪੁਲਿਸ ਨੂੰ ਵਧਾਈ ਦੇਣੀ ਚਾਹੀਦੀ ਹੈ। ਕਿਉਂਕਿ ਮੈਂ ਸਮਝਦਾ ਵੀ ਜਿੰਨਾ ਵੀ ਕੋਈ ਵਿਅਕਤੀ ਕੋਈ ਸੰਸਥਾ ਕੋਈ ਮਹਿਕਮਾ ਨਸ਼ਿਆਂ ਦੇ ਖਿਲਾਫ ਤੋਰ ਸਕਦਾ ਹੈ ਤੇ ਉਹ ਉਨਾ ਹੀ ਸਾਰਥਕ ਹੋਵੇਗਾ ਉਹ ਉਹ ਚੰਗਾ ਹੀ ਆ ਉਹਨੂੰ। ਚੰਗੇ ਕੰਮ ਨੂੰ ਹਮੇਸ਼ਾ ਚੰਗਾ ਹੀ ਕਹਿਣਾ ਚਾਹੀਦਾ ਹੈ। ਇਹ ਰੈਲੀ ਦੇ ਨਾਲ ਫਰਕ ਵੇਖੋ ਜੀ ਇਹ ਪਹਿਣਾ ਹੈ ਜਦੋਂ ਕੱਲ ਨੂੰ ਅਖਬਾਰਾਂ ਦੇ ਵਿੱਚ ਹੋਰ ਖਬਰਾਂ ਜਾਣੀਆਂ ਇਹ ਲੋਕਾਂ ਤੱਕ ਗੱਲ ਪਹੁੰਚਣੀ ਹੈ ਲੋਕਾਂ ਨੂੰ ਇਹ ਗੱਲ ਦਾ ਅਹਾਸਸ ਹੁੰਦਾ ਜਿਹੜੇ ਲੋਕ ਵੇਚਣ ਵਾਲੇ ਵੀ ਹੈ ਜਾਂ ਹੋਰ ਹੈ ਉਹਨਾਂ ਨੂੰ ਹੁੰਦਾ ਵੀ ਪੁਲਿਸ ਆ ਪਈ ਉਹ ਸਖਤ ਹੋ ਗਈ ਹੈ ਤੇ ਸਾਨੂੰ ਇਸ ਗੱਲ ਤੋਂ ਕਿਨਾਰਾ ਕਰਨਾ ਚਾਹੀਦਾ ਇਹਦੇ ਬੜੇ ਚੰਗੇ ਅਸਰ ਹੋਣਗੇ ਨਾਲ ਨਾਲ ਜੇ ਸਾਈਕਲ ਡੈਲੀ ਦੇ ਨਾਲ ਕੋਈ ਸੈਮੀਨਾਰ ਵਗੈਰਾ ਜਾਂ ਮਤਲਬ ਜਿਹੜੇ ਲੋਕ ਜਿਵੇਂ ਐਜੂਕੇਸ਼ਨ ਨਾਲ ਜੁੜੇ ਹੋਏ ਹੈ ਉਹਨਾਂ ਲੋਕਾਂ ਨੂੰ ਇਹ ਪ੍ਰਚਾਰ ਕਿਸ ਤਰ੍ਹਾਂ ਦਾ ਕਰਨਾ ਜੀ ਉਹ ਗੱਲ 'ਚ ਵੀ ਅਸੀਂ ਦਸਨ 'ਚ ਕਾਮਯਾਬ ਹੋ ਜਾਈਏ ਤਾਂ ਫਿਰ ਇਹ ਹੋਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਊਗੀ ਵੇਖੋ ਪੰਜਾਬ ਪੁਲਿਸ ਦਾ ਵਧੀਆ ਕੰਮ ਹੈ ਤੇ ਆਪਾਂ ਨੂੰ ਵਧੀਆ ਨੂੰ ਵਧੀਆ ਹੀ ਕਹਿਣਾ ਚਾਹੀਦਾ ਜੀ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਹਮੇਸ਼ਾ ਜਿਹੜੇ ਆਪਣੇ ਲੋਕ ਨੇ ਆਮ ਸਮਾਜ ਦੇ ਉਹ ਪੁਲਿਸ ਤੇ ਜਾਂ ਡਾਕਟਰਾਂ ਤੇ ਜਾਂ ਪ੍ਰਸ਼ਾਸਨ ਤੇ ਸਾਰੀ ਜ਼ਿੰਮੇਵਾਰੀ ਸਿੱਟਦੇ ਨੇ ਤੁਹਾਡੇ ਮੁਤਾਬਕ ਉਹਨਾਂ ਦੇ ਮਾਪਿਓ ਦੀ ਜਾਂ ਸਾਡੀ ਸਮਾਜ ਦੀ ਕੀ ਜ਼ਿੰਮੇਵਾਰੀ ਹੈ ਨਸ਼ੇ ਨੂੰ ਲੈ ਕੇ ਨੇ ਸਮਾਜ ਨੰਘਾਰ ਚ ਇਸ ਕਰਕੇ ਆਇਆ ਨਾ ਜੀ ਪੁਲਿਸ ਦੀਆਂ ਡਿਊਟੀ ਗਾਂਜ ਤਾਂ ਹੋਣੀਆਂ ਡਾਕਟਰ ਦੀ ਆਪਦੀ ਡਿਊਟੀਆਂ ਤਾਂ ਹੋਊਗੀ ਪਰ ਉਹ ਸਮਾਜ ਨੂੰ ਨਸ਼ਿਆਂ ਪ੍ਰਤੀ ਵੇਖੋ ਇੱਕ ਮਾਂ ਪਿਓ ਕਹੇ ਵੀ ਪੁਲਿਸ ਦੀ ਡਿਊਟੀ ਹੈ ਮਾਂ ਪਿਓ ਦੀ ਕੋਈ ਡਿਊਟੀ ਨਹੀਂ ਬਣਦੀ ਸਾਡੇ ਕੋਲ ਤਾਂ ਇੱਕ ਇੱਕ ਬੱਚਾ ਹੈ ਕੀ ਅਸੀਂ ਇੱਕ ਇੱਕ ਬੱਚੇ ਨੂੰ ਸਾਹਮਣੇ ਸਮਰੱਥ ਨਹੀਂ ਹਾਂ ਪੁਲਿਸ ਉਹਦੇ ਵਿੱਚ ਕਦੋਂ ਜਾਊਗੀ ਪੁਲਿਸ ਕੋਲ ਤੇ ਕੋਈ ਕੰਪਲੇਂਟ ਜਾਊਗੀ ਤਾਂ ਤਾਂ ਹੀ ਹੈ ਨਾ ਕੋਈ ਗੱਲਬੰਦੀ ਉਹ ਫਿਰ ਕਾਹ ਕਾਨੂੰਨ ਅੰਦਾਏ ਮਤਲਬ ਆਪਦੀ ਆਪਦੀ ਪਕੜ ਹੈ ਕਿਹੜੀ ਮਤਲਬ ਉਹ ਕਾਨੂੰਨ ਨੇ ਕੀ ਕਹਿਣਾ ਕਾਨੂੰਨ ਇਹ ਤਾਂ ਕਹਿੰਦਾ ਨਹੀਂਗਾ ਵੀ ਤੁਹਾਡੇ ਕੋਲੇ ਕੰਪਲੇਂਟ ਗਈ ਤੇ ਤੁਸੀਂ ਉਹਨੂੰ ਸਮਝਾਵ ਜਾ ਕੇ ਉਹ ਤਾਂ ਕਹਿੰਦਾ ਵੀ ਆਹ ਧਾਰਾ ਲੱਗ ਗਈ ਇਹ ਇਹ ਧਾਰਾ ਦੀ ਉਹਦੇ ਅੱਡ ਪ੍ਰੋਸੈਸ ਆ ਕੋਰਟ ਜਾਊਗਾ ਉਹਦੇ ਨਾਲ ਉਲਝਦੇ ਹੁੰਦੇ ਆ ਮਸਲੇ ਜਿਹੜੇ ਮਤਲਬ ਮਾਪੇ ਨੇ ਜਾਂ ਸਮਾਜ ਹੈ ਦੇਖੋ ਸਮਾਜ ਨੂੰ ਜਾਂ ਮਾਂ ਪਿਓ ਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਚਾਹੀਦੀ ਹੈ ਕਿ ਇੱਕ ਦੋ ਦੋ ਬੱਚੇ ਆ ਉਹਨਾਂ ਦਾ ਸਾਹਮਣਾ ਫਰਜ਼ ਬਣਦਾ ਹੈ ਦੇਖੋ ਜਿਹੜਾ ਵੀ ਕੋਈ ਮਾਨਸਿਕ ਵਿਸ਼ੇ ਦਾ ਕੋਈ ਬੰਦਾ ਮਾਰ ਹੈ ਉਹਨੂੰ ਪੁੱਛ ਲਓ ਜਾਂ ਸਾਈਕਲੋਜੀ ਜਿਹੜਾ ਸਬਜੈਕਟ ਜਿਹਨੇ ਪੜ੍ਹਿਆ ਉਹਦੀ ਬਹੁਤ ਵੱਡੀ ਪਕੜ ਹੁੰਦੀ ਹੈ ਇਸ ਗੱਲ ਤੇ ਬੱਚੇ ਦੀ ਸਾਈਕਲੋਜੀ ਆ ਉਹ ਜਿਹੜੀ ਸਿਰਫ 10 ਸਾਲਾਂ ਤੱਕ ਕੰਮ ਕਰਦੀ ਹੈ 10 ਸਾਲਾਂ ਤੱਕ ਡਿਵੈਲਪ ਹੁੰਦੀ ਹੈ ਉਸ ਤੋਂ ਬਾਅਦ ਭਾਵੇਂ ਸਰੀਰ ਵੱਡਾ ਹੁੰਦਾ ਹੈ ਡਿਵੈਲਪ ਹੁੰਦਾ ਹੈ ਪਰ ਸਾਈਕਲੋਜੀ ਡਿਵੈਲਪ ਨਹੀਂ ਹੁੰਦੀ ਜਿਹੜਾ ਕੁਝ ਉਹਦੇ ਮਨ ਦੇ ਵਿੱਚ 10 ਸਾਲਾਂ ਤੱਕ ਬਣ ਗਿਆ ਉੱਥੇ ਕਮੂਗਾ ਤੇ 10 ਸਾਲ ਤੱਕ ਬੱਚੇ ਨੂੰ ਜੇ ਅਸੀਂ ਨਹੀਂ ਸੰਭਾਲਦੇ ਜਾਂ ਅਸੀਂ 10 ਸਾਲ ਤੱਕ ਬੱਚੇ ਦੇ ਸਾਹਮਣੇ ਉਹ ਹਰਕਤਾਂ ਕਰਦੇ ਆਂ ਜਿਹੜੀਆਂ ਬੱਚੇ ਦੇ ਅਚੇਤ ਮਨ ਤੇ ਅਸਰ ਪਾਉਂਦੀਆਂ ਤੇ ਫਿਰ ਉਹਦੇ ਬੱਚੇ ਨੇ ਵਿਗੜਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਂ ਪਿਓ ਦੀ ਬੰਦੀ ਹੈ ਦੂਜੇ ਨੰਬਰ ਤੇ ਸਮਾਜ ਦੀ ਬੰਦੀ ਹੈ ਸਭ ਤੋਂ ਵੱਡਾ ਜਿਹੜਾ ਰੈਬਰ ਹੁੰਦਾ ਉਹ ਮਾਂ ਪਿਓ ਹੁੰਦਾ ਦੂਸਰੇ ਨੰਬਰ ਤੇ ਟੀਚਰਜ਼ ਹੁੰਦੇ ਨੇ ਉਹ ਟੀਚਰ ਜਿਹਨੂੰ ਚਾਹੀਦਾ ਵੀ ਉਹ ਬੱਚਿਆਂ ਨੂੰ ਉਹ ਕਰਨ ਕਿਉਂਕਿ ਉਹਨਾਂ ਦਾ ਦਰਜਾ ਬਹੁਤ ਵੱਡਾ ਹੁੰਦਾ ਹੈ ਇਸ ਕਰਕੇ ਮਹਿਕਮਾ ਨਾਲੋਂ ਪੇਰੈਂਟਸ ਨੂੰ ਇਹ ਵੱਧ ਜ਼ਿੰਮੇਵਾਰੀ ਸਾਹਮਣੇ ਚਾਹੀਦੀ ਹੈ ਉਹ ਤਾਂ ਐਵੇਂ ਹੁੰਦਾ ਜੀ ਆਪ ਤੋਂ ਉੱਠਿਆ ਨਾਂਗੇ ਫੇਟੇ ਨੂੰ ਗੋਡਿਆਂ ਦੇ ਵਿਗੜ ਜਾਂਦੇ ਆ ਜਵਾਕ ਬਗੜ ਲੈ ਅਸੀਂ ਤੇ ਦੋ ਛਿੱਟੀ ਜਾਓ ਕਿਸੇ ਤੇ ਕਿਸੇ ਸਰਕਾਰ ਤੇ ਛਿੱਟਦੇ ਉਹ ਕਿਸੇ ਮੈਕਮੇਂ ਤੇ ਛਿੱਟਦੇ ਤੇ ਇਹ ਅੱਜ ਕੱਲ ਵਰਤਾਰਾ ਆਮ ਹੀ ਚੱਲ ਰਿਹਾ ਇਹ ਹੋਣਾ ਨਹੀਂ ਚਾਹੀਦਾ ਤੁਸੀਂ ਕਾਰਨ ਕੀ ਮੰਨਦੇ ਹੋ ਸਭ ਤੋਂ ਵੱਡਾ ਵੀ ਜਿਹੜੇ ਬੱਚੇ ਨੌਜਵਾਨੀ ਪੀੜੀ ਆ ਮਾਂ ਪਿਓ ਅਸਫਲ ਰਹੇ ਕਿਉਂ ਇਹਦੇ ਕੀ ਕਾਰਨ ਮੰਨਦੇ ਮੁੱਖ ਤੌਰ ਤੇ ਅਸਫਲ ਰਹਿਣ ਦੇ ਕਾਰਨ ਆ ਜੀ ਸਭ ਤੋਂ ਵੱਡਾ ਕਿਸੇ ਦੀ ਰੀਸ ਕਰਨੀ ਅਸੀਂ ਪੱਛਮੀ ਸਭਿਅਤਾ ਦੀ ਰੀਸ ਕਰਦੇ ਕਰਦੇ ਬਰਬਾਦ ਹੋ ਗਏ ਸਾਡਾ ਸਭਿਆਚਾਰ ਬਹੁਤ ਵੱਡਾ ਸੀ ਅਸੀਂ ਸਾਡਾ ਵਿਰਸਾ ਬੜਾ ਅਮੀਰ ਹੈ ਸਾਡੇ ਇਤਿਹਾਸ ਵਰਗਾ ਦੁਨੀਆ ਕੋਲੇ ਇਤਿਹਾਸ ਨਹੀਂ ਹੈ ਸਾਡੀ ਬੋਲੀ ਵਰਗੀ ਦੁਨੀਆ ਕੋਲੇ ਬੋਲੀ ਨਹੀਂ ਹੈ ਸਾਡੇ ਕੋਲੇ ਲਿਵਿੰਗ ਗੁਰੂ ਹੈ ਕਿਸੇ ਕੌਮ ਕੋਲੇ ਲਿਵਿੰਗ ਗੁਰੂ ਨਹੀਂ ਹੈ ਜੇ ਰੀਸ ਰਹੀ ਤਾਂ ਅਸੀਂ ਲਈ ਲੱਗ ਹੋ ਗਏ ਲਾਈ ਲੱਗ ਜਦੋਂ ਸਾਡੇ ਤੇ ਪੱਛਮੀ ਸਭਿਅਤਾ ਆ ਗਈ ਅਸੀਂ ਨਾ ਆਪਦੇ ਕਲਚਰ ਨੂੰ ਅੱਗੇ ਮਾਪਿਓ ਬੱਚਿਆਂ ਨੂੰ ਸਾਹਮਦੇ ਇਕੱਠੇ ਮੰਜੇ ਰਹੇ ਹੁੰਦੇ ਪਰਿਵਾਰ ਦੇ ਪਰਿਵਾਰ ਦਾ ਮੁਖੀ ਵਿੱਚ ਪਿਆ ਹੁੰਦਾ ਉਹਦੀ ਬੱਚਿਆਂ ਤੇ ਨਿਗਾਹ ਰਹਿੰਦੀ ਸ਼ਾਮ ਨੂੰ ਉਹ ਬੱਚਿਆਂ ਨੂੰ ਕੋਈ ਨਾ ਕੋਈ ਗੁਰੂ ਕਿਆਂ ਦੀ ਕੋਈ ਸਾਖੀਆਂ ਸੁਣਾ ਕੇ ਉਹ ਪੈਂਦਾ ਤੇ ਬੱਚਾ ਗਲਤ ਪਾਸੇ ਸੋਚਦਾ ਹੀ ਨਹੀਂ ਸੀ ਹੁਣ ਕੀ ਹੋਇਆ ਪੱਛਮੀ ਸਭਿਅਤਾ ਅਸੀਂ ਪਣਾ ਕੇ ਆਪਦੇ ਬੈਡਰੂਮ ਅੱਡ ਬਣਾ ਲਏ ਅਸੀਂ ਬੱਚੇ ਨੂੰ ਤਾਂ ਬੁਲਾਉਣਾ ਹੀ ਨਹੀਂ ਅਸੀਂ ਸੋਈ ਚ ਬੰਦਾ ਮੰਨ ਲਓ ਕੋਈ ਆਇਆ ਜਿਹੜਾ ਕੋਈ ਨਸ਼ੇ ਦਾ ਆਦੀ ਹੈ ਉਹਨੇ ਬੱਚੇ ਦੇ ਸਾਹਮਣੇ ਹੀ ਪਊ ਆਪਰੇਟ ਕਰੀ ਬੱਚਾ ਵੇਖਦਾ ਰਿਹਾ ਹੈ ਨਾ ਉਹਦੇ ਮਨ ਤੇ ਅਸਰ ਹੋ ਰਿਹਾ ਹੈ ਅਚੇਤ ਮਨ ਤੇ ਸਚੇਤ ਮਨ ਦੀਆਂ ਇਹ ਇਹ ਗੱਲਾਂ ਉਹ ਬੱਚਾ ਫਿਰ ਉਹ ਕਿਸੇ ਕਿਸੇ ਟਾਈਮ ਉਹ ਉਹ ਰੀਸ ਕਰੂਗਾ ਤੇ ਅਜਾ ਹੁਣ ਤੁਸੀਂ ਵੇਖੋ ਜਦੋਂ ਤੁਸੀਂ ਬੈਡਰੂਮ ਆਟਾ ਬੱਚਾ ਆਪਦੇ ਕਮਰੇ ਚੱਡ ਪਿਆ ਤੇ ਆਪਾਂ ਸਾਰੇ ਇਸ ਉਮਰ ਚੋਂ ਨੰਗੇ ਆਂ ਵੀ ਇਸ ਉਮਰ ਨੇ ਅਸਾਰੂ ਘੱਟ ਸੋਚਣਾ ਹੁੰਦਾ ਹੈ ਮਾੜਾ ਵੱਧ ਸੋਚਣਾ ਹੁੰਦਾ ਹੈ ਤੇ ਹੁਣ ਮੋਬਾਈਲਾਂ ਨੇ ਬਹੁਤ ਵੱਡਾ ਅਸੀਂ ਬੱਚਿਆਂ ਨੂੰ ਮੋਬਾਈਲ ਲੈ ਕੇ ਦੇਤੇ ਉਹਨਾਂ ਦੀ ਹਰ ਇੱਕ ਲੋੜ ਪੂਰੀ ਕਰਨ ਲੱਗੇ ਐਵੇਂ ਜ਼ਮੀਨਾਂ ਵੇਚ ਕੇ ਮੋਟਰਸਾਈਕਲ ਲੈ ਤੇ ਜ਼ਮੀਨਾਂ ਵੇਚ ਕੇ ਕਾਰਾਂ ਲੈ ਤੀਆਂ ਇੱਕ ਨਾ ਅਸੀਂ ਐਂ ਜੇ ਵਿਖਾਉਣ ਲੱਗੇ ਵੀ ਅਸੀਂ ਬਹੁਤ ਅਮੀਰ ਆ ਤੇ ਪਰ ਹੁਣ ਜਿਹੜਾ ਕੁਝ ਤੁਸੀਂ ਵੇਖਦੇ ਹੋ ਲੋਕ ਕਰਜ਼ਾਈ ਹੋਗੇ ਉਹ ਹੋਗੇ ਇਹ ਇਹ ਸਾਰਾ ਕੁਝ ਇੱਕ ਰੀਸ ਦਾ ਹੈ ਅਸੀਂ ਰੀਸ ਕਰਦੇ ਕਰਦੇ ਤੇ ਆਪਦਾ ਸਾਰਾ ਕੁਝ ਹੀ ਗਵਾ ਲਿਆ ਇਹ ਰੀਸ ਨਹੀਂ ਕਰਨੀ ਚਾਹੀਦੀ ਸੀ ਤੁਸੀਂ ਪੱਛਮੀ ਸਭਿਅਤਾ ਦੀ ਗੱਲ ਕੀਤੀ ਆ ਪਾਕਿਸਤਾਨ ਤੁਸੀਂ ਵੀ ਗਏ ਸੀ ਆਪਾਂ ਵੀ ਗਏ ਸੀ ਸਾਡੇ ਦੇਸ਼ ਤੇ ਪਾਕਿਸਤਾਨ ਚ ਪੱਛਮੀ ਸਭਿਅਤਾ ਦਾ ਕਿੰਨਾ ਕਸਰ ਦਾ ਫਰਕ ਹੈ ਬੜਾ ਫਰਕ ਹੈ ਜੀ ਉਹਨਾਂ ਆਪਾਂ ਉੱਥੇ ਵੇਖਿਆ ਵੇਖੋ ਇੱਕ ਤਾਂ ਉਹਨਾਂ ਨੇ ਆਪਦੀ ਬੋਲੀ ਤੋਂ ਇਨਕਾਰੀ ਨਹੀਂ ਕੀਤੀ ਉਹ ਵੇਖੋ ਸ਼ੁੱਧ ਪੰਜਾਬੀ ਬੋਲਦੇ ਨੇ ਉਹਨਾਂ ਦਾ ਪਹਿਰਾਵਾ ਜਿਹੜਾ ਉਹਨਾਂ ਨੇ ਆਪਦੇ ਪਹਿਰਾਵੇ ਨੂੰ ਚੇਂਜ ਨਹੀਂ ਕਰਿਆ ਉੱਥੇ ਵੇਖੋ ਜੇ ਆਪਾਂ ਨੂੰ ਕੋਈ ਅਫਸਰ ਵੀ ਮਿਲਦਾ ਸੀ ਉਹ ਸਿਵਲ ਡਰੈਸ ਦੇ ਵਿੱਚ ਹੁੰਦਾ ਸੀਗਾ ਤੇ ਉਹਦੇ ਕੁੜਤੇ ਪਜਾਮਾ ਪਾਇਆ ਹੁੰਦਾ ਸੀ। ਹਾਂਜੀ ਉਹਨਾਂ ਨੇ ਆਪ ਦਾ ਰਹਿਣ ਸਹਿਣ ਉਹਨਾਂ ਨੇ ਵਾਤਾਵਰਨ ਨੂੰ ਖਰਾਬ ਨਹੀਂ ਕੀਤਾ। ਉਵੇਂ ਮਤਲਬ ਉਹਨਾਂ ਦੇ ਦਰਖਤ ਖੜੇ ਨੇ, ਉਹ ਖੜੇ ਨੇ ਹਨਾ। ਤੇ ਚਲੋ ਗਰੀਬੀਆਂ, ਮੀਰੀਆਂ ਉਹ ਗੱਲਾਂ, ਉਹ ਪੋਲੀਟੀਕਲੀ ਗੱਲਾਂ ਆਪਾਂ ਉਹਨਾਂ ਗੱਲਾਂ ਦਾ ਤਾਂ ਕੀ ਲੈਣਾ। ਪਰ ਫਰਕ ਬਹੁਤ ਵੱਡੇ ਹੈਗੇ ਨੇ ਜੇ ਅਸੀਂ ਆਪਦੇ ਆਪ ਨੂੰ ਨਹੀਂ ਸੰਭਾਂਗੇ ਸਾਡੇ 'ਚ ਕੁਝ ਵੱਧ ਆ ਗਈ। ਪ੍ਰੀਸ ਕਰਨ ਦੀ ਅਸੀਂ ਆਪਦਾ ਕਲਚਰ ਵਿਗਾੜ ਲਿਆ ਅਸੀਂ ਆਪਦੀ ਬੋਲੀ ਵਿਗਾੜ ਲਈ ਅਸੀਂ ਆਪਦਾ ਪਹਿਰਾਵਾ ਜਿਹੜਾ ਉਹ ਵਿਗਾੜ ਲਿਆ ਹੁਣ ਸਾਡੇ ਬੱਚਿਆਂ ਦਾ ਪਹਿਰਾਵਾ ਜੀ ਤੁਸੀਂ ਇੱਥੇ ਬਾਜ਼ਾਰ ਚ ਖੜਜੋ ਅੱਧ ਨੰਗੇ ਕੱਪੜੇ ਪਾਈ ਫਿਰਦੇ ਆ ਕੋਈ ਨਹੀਂ ਟੋਕਦਾ ਪਾਟੀਆਂ ਪੈਂਟਾਂ ਪਾਈ ਫਿਰਦੇ ਆ ਢਾਕਾਂ ਨੰਗੀਆਂ ਆ ਸਭ ਇੱਕ ਗੱਲਾਂ ਹੋ ਰਹੀਆਂ ਉਹਨਾਂ ਨੂੰ ਟੋਕਦਾ ਕੋਈ ਨਹੀਂ ਫਿਰ ਹੁਣ ਇਹ ਗੱਲਾਂ ਦਾ ਤਾਂ ਜੀ ਇਹਨਾਂ ਦੇ ਰਿਜ਼ਲਟ ਆ ਜਿਹੜੇ ਇਹ ਭਾਵੇਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਨਿਕੀਆਂ ਗੱਲਾਂ ਦੇ ਕਈ ਵਾਰੀ ਰਿਜ਼ਲਟ ਬਹੁਤ ਵੱਡੇ ਹੁੰਦੇ ਆ ਇਸ ਕਰਕੇ ਨਿਕੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹਦੇ ਰਿਜ਼ਲਟ ਮਾੜੇ ਨਿਕਲ ਨੀ ਨਾ ਜੀ ਇੱਕ ਵੀਡੀਓ ਤੁਸੀਂ ਵੀ ਦੇਖਿਆ ਹੋਣੀ ਆ ਕਾਫੀ ਆਈਆਂ ਵੀ ਕਈ ਪਿੰਡ ਦੇ ਮੋਹਤਵਰ ਬੰਦਿਆਂ ਨੇ ਕਹਿਤਾ ਵੀ ਸਾਡੇ ਪਿੰਡ ਵਿੱਚ ਰਿਸ਼ਤਾ ਨਾ ਕਰਿਓ ਕਿਉਂਕਿ ਬਹੁਤ ਸਾਰੇ ਜਾਂ ਆਪਾਂ ਕਹਦੀਏ ਬਹੁਤ ਗਣਤੀ ਨੌਜਵਾਨਾ ਉਹ ਨਸ਼ਾ ਕਰਦੇ ਚੈੱਕ ਕਰਾ ਕੇ ਉਹਨਾਂ ਦੇ ਰਿਸ਼ਤਾ ਕਰਨਾ ਚਾਹੀਦਾ ਪਿੰਡ ਵਿੱਚ ਵੀਡੀਓ ਸਾਹਮਣੇ ਆਈਆਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਜੇ ਹੁੰਦਾ ਰਹੇ ਨਹੀਂ ਜੀ ਇਹ ਇਹ ਮੈਨੂੰ ਬੜੀ ਗਲਤ ਗੱਲ ਲੱਗਦੀ ਹੈ ਉਹ ਜਦੋਂ ਵੀਡੀਓਜ਼ ਪਾ ਰਹੇ ਨੇ ਤੇ ਉਹ ਉਹਨਾਂ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ ਪਹਿਲਾਂ ਬੱਚਿਆਂ ਨੂੰ ਸਾਂਭਣ ਦੀ ਇੱਕ ਵੀਡੀਓ ਪਾਉਣ ਦੇ ਨਾਲ ਤਾਂ ਸੋਡੀ ਜ਼ਿੰਮੇਵਾਰੀ ਖਤਮ ਨਹੀਂ ਨਾ ਹੋਗੀ ਕਿਉਂ ਨਾ ਤੁਸੀਂ ਬੱਚਿਆਂ ਨੂੰ ਸਮਝਾਇਆ ਕਿਉਂ ਕਿਉਂ ਵਿਗੜੇ ਬੱਚੇ ਹੁਣ ਤੁਸੀਂ ਰਿਸ਼ਤਿਆਂ ਤੱਕ ਦੀਆਂ ਗੱਲਾਂ ਕਰ ਰਹੇ ਹੋ ਜਦੋਂ ਉਹਨਾਂ ਦੇ ਘਰੇ ਕਿਸੇ ਦੇ ਘਰੇ ਰਿਸ਼ਤਾ ਹੋਣ ਕੋਈ ਕਰਨ ਆਊਗਾ ਉਹ ਉਦੋਂ ਆਪਦੇ ਬੱਚੇ ਨੂੰ ਤੁਸੀਂ ਉਹਨਾਂ ਤੋਂ ਪੁੱਛ ਕੇ ਵੇਖ ਲਿਓ ਉਹ ਬੜਾ ਸਲਾਉਂਦੇ ਹੋਣਗੇ ਇਸ ਗੱਲ ਨਾਲ ਸਮਾਜ ਦੇ ਵਿੱਚ ਨਾ ਇੱਕ ਬੜੀ ਗਲਤ ਰੀਤ ਚੱਲਦੀ ਹੈ ਸਮਾਜ ਦੇ ਵਿੱਚ ਇੱਕ ਵਾਰੀ ਗਲਤ ਰੀਤ ਚੱਲੀ ਉਹ ਉਹਦੇਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਨਿੱਕੀਆਂ ਗੱਲਾਂ ਦੇ ਉਹਦੇ ਰਿਜ਼ਲਟ ਬਹੁਤ ਵੱਡੇ ਹੁੰਦੇ ਆ ਉਹਦੇ ਭਿਆਨਕ ਰਿਜ਼ਲਟ ਨਿਕਲ ਸਕਦੇ ਹੁੰਦੇ ਆ ਇਹ ਅਜਿਹੀਆਂ ਵੀਡੀਓਜ਼ ਪਾਉਣਾ ਇਹ ਇਹ ਨਹੀਂ ਚਾਹੀਦਾ ਇਹ ਦਾ ਤਾਂ ਇਹ ਹੈ ਵੀ ਜਿੰਨਾ ਜ਼ੋਰ ਤੁਸੀਂ ਵੀਡੀਓ ਤੇ ਪਾ ਰਹੇ ਹੋ ਜਿੰਨੀ ਵਾਰ ਉਸ ਲੋਕਾਂ ਦਾ ਧਿਆਨ ਖਿੱਚਣ ਨੂੰ ਇਹ ਕਰ ਰਹੇ ਹਾਂ ਤੁਸੀਂ ਉਹਨਾਂ ਬੱਚਿਆਂ ਤੇ ਧਿਆਨ ਦਿਓ ਉਹਨਾਂ ਬੱਚਿਆਂ ਨੂੰ ਮੋੜੋ ਉਹਨਾਂ ਬੱਚਿਆਂ ਨੂੰ ਸਮਝਾਓ ਉਹਨਾਂ ਬੱਚਿਆਂ ਨੂੰ ਪਿਆਰ ਕਰੋ ਜਿਹੜਾ ਪਿੰਡ ਇਹ ਕਹਿੰਦਾ ਵੀ ਸਾਡੇ ਪਿੰਡ ਦੇ ਜ਼ਿਆਦਾ ਬੱਚੇ ਵਿਗੜੇ ਆ ਤੇ ਫਿਰ ਉੱਥੇ ਨਾਕਾਮੀ ਕਿਹਦੀ ਹੈ ਜੀ ਤੁਸੀਂ ਦੇਖ ਲਓ ਨਾਕਾਮੀ ਤਾਂ ਉੱਥੇ ਮਾਂ ਪਿਓ ਦੀ ਹੈ ਨਾ ਨਕਾਮ ਰਹਿਣ ਦੀ ਇੱਕ ਜਰੀ ਵੀ ਸਾਨੂੰ ਲੋਕ ਮਾੜਾ ਨਾ ਕਹਤੋ ਵੀਡੀਓ ਪਾ ਦਿਓ ਇਹ ਇਹ ਕੋਈ ਚੰਗਰਜ਼ਾਨ ਨਹੀਂ ਇੱਕ ਹੋਰ ਦੱਸੋ ਤੁਸੀਂ ਕਿਹਸੀ ਲੋਕ ਸਭਿਤਾ ਤੋਂ ਚਲੇਗੇ ਦੂਰ ਚਲੇਗੇ ਆਪਣੇ ਇਥੇ ਆਸ-ਪਾਸ ਵੀ ਦੇਖਿਆ ਬਹੁਤ ਸਾਰੇ ਜਿਨ੍ਹਾਂ ਕੋਲੇ ਸਾਰੇ ਸਾਧਨਾਂ ਘਰਾਂ ਦੇ ਵਿੱਚ ਉਹ ਬੱਚਿਆਂ ਨਾਲ ਜਾਂ ਆਮ ਲੋਕਾਂ ਨਾਲ ਹਿੰਦੀ ਬੋਲਦੇ ਨਜ਼ਰ ਆਉਂਦੇ ਆਪਣੀ ਭਾਸ਼ਾ ਤੋਂ ਇਹ ਕਿਉਂ ਮਾਨਸਿਕਤਾ ਵੀ ਦੂਰ ਚਲੀ ਜਾਂਦੀ ਹੈ ਨਹੀਂ ਉਹ ਮੈਂ ਤੁਹਾਨੂੰ ਦੱਸਿਆ ਨਾ ਰੀਸ ਹੈ ਨਾ ਜੀ ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰੀਸ ਨਾ ਰੀਸ ਹੈ ਰੀਸ ਹੁੰਦੀ ਹੈ ਇੱਕ ਰਾਜਨੀਤਿਕ ਜਿਹੜੀ ਥੋੜੀ ਪਾਵਰ ਵੀ ਹੁੰਦੀ ਹੈ ਜਦੋਂ ਤੁਸੀਂ ਕੋਈ ਤੁਹਾਡੇ ਕੋਲੇ ਰਾਸੀ ਪਾਵਰ ਨਾ ਹੋਵੇ ਜਾਂ ਕੋਈ ਉਤੋਂ ਵੀ ਇਹ ਅਜਿਹੀਆਂ ਗ੍ਰੱਬਟਾ ਆਉਂਦੀਆਂ ਹੈ ਹੈ ਜੀ ਜਦੋਂ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਇਸ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਤੇ ਮਾਂ ਪਿਓ ਵੀ ਨੂੰ ਇਹ ਲੱਗਦਾ ਵੀ ਜਿਹੜੀ ਸਾਡੀ ਮੀਰ ਬੋਲੀ ਹੈ ਉਹਨਾਂ ਨੂੰ ਸਮਝਦਾ ਕੋਈ ਨਹੀਂ। ਨਾ ਤਾਂ ਉਹਨਾਂ ਨੂੰ ਮੀਰੀ ਦਾ ਪਤਾ ਹੈ। ਤੁਹਾਨੂੰ ਮੈਂ ਦੱਸ ਦੇਣਾ ਹੈ ਮੀਰੀ ਦਾ ਪੰਜਾਬੀ ਸ਼ਬਦ ਕੋਲੇ ਜੀ 10000 ਸ਼ਬਦ ਨੇ ਪੰਜਾਬੀ ਬੋਲੀ ਕੋਲੇ। ਹਾਂਜੀ ਤੇ ਇੰਗਲਿਸ਼ ਕੋਲੇ 900 ਕੁ ਸ਼ਬਦ ਨੇ ਕਿਹੜੀ ਮੀਰ ਹੋਈ ਜੀ? ਫਿਰ ਅਸੀਂ ਇੰਗਲਿਸ਼ ਨੂੰ ਕਰਦੇ ਆ ਹਨਾ ਸਾਡੇ 35 ਸ਼ਬਦ ਉਹਨੇ ਤੇ 6 ਸ਼ਬਦ ਸਾਡੇ ਜਿਹੜੇ ਉਹ ਬਿੰਦੀਆਂ ਵਾਲੇ ਆ ਜਾਂਦੇ ਨੇ ਇੰਗਲਿਸ਼ ਕੋਲੇ 26 ਸ਼ਬਦ ਨੇ ਫੇਰ ਵੀ ਅਸੀਂ ਉਹਨੂੰ ਇੰਗਲਿਸ਼ ਨੂੰ ਪੈਰ ਮਾਰਦੇ ਆ ਜਾਂ ਫੇਰ ਅਸੀਂ ਹਿੰਦੀ ਨੂੰ ਜਿਹੜੀ ਕਿ ਸਾਡੀ ਬੋਲੀ ਨਹੀਂ ਹੈ ਨਾ ਤਾਂ ਸਾਡੀ ਰਾਸ਼ਟਰੀ ਭਾਸ਼ਾ ਹੈ ਕਿਸੇ ਨੂੰ ਇਹ ਨਹੀਂ ਪਤਾ ਤੁਸੀਂ ਪੜੇ ਲਿਖਣ ਨੂੰ ਪੁੱਛ ਲਮਗੇ ਰਾਸ਼ਟਰੀ ਭਾਸ਼ਾ ਹੈ ਲੈਂਕੜ ਭਾਸ਼ਾ ਤਾਂ ਹੈ ਰਾਸ਼ਟਰੀ ਭਾਸ਼ਾ ਤਾਂ ਸਾਡੀਆਂ 22 ਬੋਲੀਆਂ ਪਹਿਲਾਂ 14 ਹੁੰਦੀਆਂ ਤੁਸੀਂ ਨੋਟ ਤੇ ਵੇਖੋ ਹਣਾ ਮੈਂ ਨਹੀਂ ਕਹਿੰਦਾ ਵੀ ਬੋਲੀ ਕੋਈ ਮਾੜੀ ਹੈ ਉਹਨਾਂ ਨੂੰ ਜਿਹੜੇ ਉਸ ਨੂੰ ਬੋਲੀਦੇ ਐ ਉਹਨਾਂ ਨੂੰ ਮਾਰਕ ਬੱਚਾ ਜੇ ਸਿੱਖ ਸਕਦਾ ਤਾਂ ਉਹ ਆਪਦੀ ਮਾਂ ਬੋਲੀ ਚ ਪਕੜ ਕਰੂਗਾ ਬਹੁਤ ਸ਼ਬਦ ਬੱਚਾ ਮਤਲਬ ਜਨਮ ਲੈਣ ਤੋਂ ਪਹਿਲਾਂ ਹੀ ਸਿੱਖਿਆ ਹੁੰਦਾ ਕਿਉਂਕਿ ਬੱਚੇ ਦੀ ਮਾਨਸਿਕਤਾ ਜਿਹੜੀ ਉਹ ਐ ਨਹੀਂ ਹੈ ਵੀ ਉਹ ਉਹ ਬੱਚਾ ਜਨਮ ਲੈਣ ਤੋਂ ਆ ਸਕਦਾ ਉਹ ਤੁਸੀਂ ਧਾਰਮਿਕ ਜਨਸ ਸਾਈਕਲੋਜੀ ਸਟੱਡੀ ਪੜੋ 14 14 ਜਨਮਾਂ ਦੀ ਉਹਦੇ ਵਿੱਚ ਮਤਲਬ ਮੈਮਰੀ ਹੈਗੀ ਹੈ ਉਹ ਮਤਲਬ ਇਹ ਇਹ ਸਾਈਕਲੋਜੀ ਸਬਜੈਕਟ ਕਹਿੰਦਾ ਵੀ ਜਿਵੇਂ ਤੁਸੀਂ ਰਾਤ ਨੂੰ ਸੁਪਨੇ ਆਉਣੇ ਸੁਪਨੇ ਵੇਖਣ ਕਿੱਥੋਂ ਉਹਨੇ ਅਚੇਤ ਮਨ ਦੇ ਵਿੱਚ ਤੁਹਾਡੇ ਕਿਤੇ ਬਸੀ ਪਈ ਹੈ ਗੱਲ ਉਹਦੀ ਤਸਵੀਰ ਖੋਲ ਲੈਣੀ ਹੈ ਨਾ ਇਹ ਇਸ ਗੱਲ ਨਾਲ ਜਿਹੜੀ ਸੱਭਕ ਬੋਲੀ ਨਾ ਉਹ ਤਾਂ ਜਾਣ ਬੁੱਝ ਕੇ ਜੀ ਅਸੀਂ ਕਿਸੇ ਦੀ ਰੀਸ ਕਰਨਾ ਹੈ ਕਿਸੇ ਦੀ ਰੀਸ ਨਾਲ ਕੋਈ ਵੱਡਾ ਹੋਇਆ ਜੀ ਸਭ ਤੋਂ ਪਹਿਲਾਂ ਤੁਹਾਡੀ ਆਪਣੀ ਮਾਂ ਬੋਲੀ ਦੇ ਪਕੜ ਹੋਣੀ ਚਾਹੀਦੀ ਹੈ ਜੇ ਤੁਸੀਂ ਤਰੱਕੀ ਕਰਨੀ ਹੈ ਤਾਂ ਇੱਕ ਲਾਸਟ ਸਵਾਲ ਹੈ ਜਿਹੜੀ ਨੌਜਵਾਨ ਪੀਡੀਏ ਵਿਦੇਸ਼ ਚ ਜਾ ਰਹੀ ਆ ਆਉਣ ਵਾਲੇ ਸਮੇਂ ਚ ਪੰਜਾਬ ਦਾ ਭਵਿੱਖ ਕਿਵੇਂ ਦੇਖਦੇ ਹੋ ਜਾਂ ਕੀ ਸੁਝਾ ਦੇਣਾ ਚਾਹੋਗੇ ਵੇਖੋ ਜੀ ਜੇ ਤਾਂ ਅਸੀਂ دنیਵੀ ਤੌਰ ਤੇ ਸੋਚ ਗਏ ਫਿਰ ਤਾਂ ਸਾਡਾ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਨਹੀਂ ਸਾਨੂੰ ਹਨੇਰਾ ਲੱਗਦਾ ਜੇ ਅਸੀਂ ਇਸ ਨੂੰ ਅਧਿਆਤਮਕ ਤੌਰ ਤੇ ਲਈਏ ਫਿਰ ਇਹ ਸਾਰੀਆਂ ਗੱਲਾਂ ਗੁਰੂ ਪਾਤਸ਼ਾਹ ਦੇ ਬਸ ਨੇ ਕਿਵੇਂ ਹੋਣਾ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਨਾਂ ਸੋਈ ਇਹ ਉਹਨੂੰ ਪਤਾ ਹੈ ਕੀ ਹੋਣਾ ਹੈ ਵੈਸੇ ਕਿਸੇ ਕੌਮ ਦਾ ਕਿਸੇ ਧਰਤੀ ਤੋਂ ਚਲਿਆ ਜਾਣਾ ਉਸ ਧਰਤੀ ਨੂੰ ਖਾਲੀ ਕਰ ਜਾਣਾ ਇਹ ਘਾਤਕ ਹੁੰਦਾ ਹੈ ਵੇਖੋ ਅੱਜ ਜੇ ਅਸੀਂ ਇਸ ਧਰਤੀ ਦੀ ਗੱਲ ਕਰੀਏ ਕਿਸੇ ਟਾਈਮ ਇਹ ਦਰਾਵੜ ਲੋਕਾਂ ਦੀ ਧਰਤੀ ਸੀ ਇੱਥੇ ਆਰੀਆ ਲੋਕ ਆਏ ਦਰਾਵੜ ਲੋਕ ਚਲੇ ਗਏ ਕਿੱਥੇ ਨੇ ਕਿੱਥੇ ਉਹਨਾਂ ਦਾ ਨਾਂ ਕਿੱਥੇ ਉਹਨਾਂ ਦੀ ਸੰਸਕ੍ਰਿਤੀ ਤੇ ਐਵੇਂ ਜਿਹੜੀ ਅਸੀਂ ਇੱਥੇ ਆਪਦਾ ਕਲੇਮ ਕਰਦੇ ਆਂ ਵੀ ਇਹ ਇਹ ਸਾਡੀ ਧਰਤੀ ਸੀ ਇ ਇਥੇ ਅਸੀਂ ਬਹੁ ਗੰਤੀ ਚ ਹੋਣੀ ਚਾਹੀਦੇ ਸੀ ਤੇ ਜੇ ਐਂ ਰਿਹਾ ਵੇਖੋ ਸਾਡੇ ਕੋਲੇ ਕੁਝ ਵੀ ਨਹੀਂ ਬਚਣਾ ਨਾ ਸਾਡੀ ਬੋਲੀ ਬਚਣੀ ਹੈ ਤੇ ਨਾ ਸਾਡੇ ਬੱਚੇ ਬਚਨੇ ਆ ਕਿਉਂਕਿ ਉਥੇ ਅਸੀਂ ਐਸਾ ਧੋਖਾ ਖਾਵਾਂਗੇ ਜਿਹੇ ਜਿਹਾ ਹੋਣ ਮਾਹੌਲ ਬੰਦਾ ਹੈ ਅੱਗੇ ਜਦੋਂ ਕੋਈ ਬਾਹਰ ਚਲਾ ਜਾਂਦਾ ਜੀ ਉਦੋਂ ਉਥੋਂ ਉਹ ਆ ਕੇ ਇੱਥੇ ਖਰੀਦਦਾ ਜ਼ਮੀਨ ਜਾਇਦਾਦ ਤਾਂ ਕਿ ਉਹਨੂੰ ਪਤਾ ਸੀ ਮੈਂ ਕਿਸੇ ਟਾਈਮ ਇੱਥੇ ਆਉਂਗਾ ਹੁਣ ਇਥੋਂ ਜ਼ਮੀਨ ਜਾਇਦਾਦ ਤਾਂ ਵੇਚ ਕੇ ਜਾ ਰਹੇ ਆ ਕਿੱਲੇ ਕਿੱਲੇ ਦੋ ਦੋ ਕਿੱਲੇ ਰਹਿ ਗਏ ਹੁਣ ਜੀ ਪੰਜ ਚਾਰ ਕਿੱਲੇ ਆਲਾ 20 25 ਲੱਖ ਲਾ ਕੇ ਕਿੱਥੋਂ ਭੇਜ ਦੂਗਾ ਉਹ ਮਾਂ ਪਿਓ ਨੂੰ ਤਾਂ ਹੁਣੇ ਚੌਂਕਾਂ ਚ ਖਿਲਾਰ ਗਿਆ ਦਿਹਾੜੀ ਕਰਨ ਨੂੰ ਉਹ ਜਦੋਂ ਉਹਨੂੰ ਉੱਥੇ ਰੋਜ਼ਗਾਰ ਮਿਲੂਗਾ ਵੇਖੀ ਜਾਊਗੀ ਪਰ ਜਿਹੜੇ ਹੁਣ ਅਸਾਰ ਬਣ ਰਹੇ ਆ 10 ਸਾਲਾਂ 15 ਸਾਲਾਂ ਦੇ ਵਿੱਚ ਉਹਨਾਂ ਨੂੰ ਇੱਧਰ ਵਾਪਸ ਆਉਣਾ ਪਊਗਾ ਜਦੋਂ ਉਹ ਵਾਪਸ ਆਉਣਗੇ ਉਦੋਂ ਨੂੰ ਉਹਨਾਂ ਦੇ ਪੱਲੇ ਕੁਝ ਨਹੀਂ ਹੋਣਾ ਜੀ ਸਣੇ ਦਿਹਾੜੀਆਂ ਦੇ ਤੇ ਰੋਲਣ ਤੋਂ ਤੇ ਮਤਲਬ ਛੁੱਡੇ ਖਾਨ ਤੋਂ ਸਭਾਈ ਸੰਭਲ ਜਾਣਾ ਚਾਹੀਦਾ ਕੌਮ ਨੂੰ ਮਾਰਨੇ ਜਾਣਾ ਚਾਹੀਦਾ ਰੋਜ਼ਗਾਰ ਇੱਥੇ ਬਹੁਤ ਹੈ ਜੇ ਇੱਥੇ ਰੋਜ਼ਗਾਰ ਨਾ ਹੋਵੇ ਜਾਈ ਤੇ ਢੂੜ ਲੱਖ ਭਈਆ ਕਿਉਂ ਆਉਂਦਾ ਜੀ ਸਕਿੱਲ ਦੀ ਗੱਲ ਹੈ ਨਾ ਜੀ ਇੱਥੇ ਤਾਂ ਕਿਸੇ ਨੂੰ ਪਾਣੀ ਨਹੀਂ ਫੜਾਉਣਾ ਜੀ ਬਾਹਰ ਜਾ ਕੇ ਮੈਂ ਨਹੀਂ ਕਹਿੰਦਾ ਤੁਸੀਂ ਆਪ ਹੀ ਸਿਆਣੇ ਹੋ ਕਿਸ ਤਰ੍ਹਾਂ ਦੇ ਕੰਮ ਕਰਦੇ ਨੇ ਉਹ ਉਹ ਸਾਰਿਆਂ ਨੂੰ ਪਤਾ ਇੱਥੇ ਕਿਉਂ ਨਹੀਂ ਉਹ ਵਿਗੜੀ ਹੋਈ ਮਾਨਸਿਕਤਾ ਹੀ ਹੈ ਨਾ ਇਥੇ ਘਰੇ ਕੰਮ ਕੋਈ ਨਹੀਂ ਕਰਨਾ ਅਸੀਂ ਤਾਂ ਉਹ ਲੋਕ ਆ ਜਿਨ੍ਹਾਂ ਨੂੰ ਗੋਡ ਗਿਫਟ ਜੀ ਜਨਮ ਤੋਂ ਪਹਿਲਾਂ ਦਿੱਤਾ ਹੋਇਆ ਸਾਡੇ ਕੋਲ ਤਾਂ ਜ਼ਮੀਨ ਜਾਇਦਾਦ ਆ ਅਸੀਂ ਆਪਦੀਆਂ ਜ਼ਮੀਨ ਜਾਇਦਾਦਾਂ 'ਚ ਕੌਣੀ ਕੰਮ ਕਰਦੇ ਉੱਥੇ ਸਾਡੀ ਮਾਨਸਿਕਤਾ ਇੱਥੇ ਗਰ ਗਈ ਅਸੀਂ ਅਸੀਂ ਪੜ੍ਹਾਈ ਨੂੰ ਜਿਹੜੀ ਐਜੂਕੇਸ਼ਨ ਹੈ ਉਹਨੂੰ ਸਿਰਫ ਕੱਲੀ ਸਰਕਾਰੀ ਨੌਕਰੀ ਨਾਲ ਜੋੜ ਲਿਆ ਵੀ ਯਾਰ ਜੇ ਅਸੀਂ ਪੜ੍ਹਾਂਗੇ ਤਾਂ ਸਰਕਾਰੀ ਨੌਕਰੀ ਵਾਸਤੇ ਪੜ੍ਹਦੇ ਆ ਹੋਰ ਐਜੂਕੇਸ਼ਨ ਦੇ ਸਾਨੂੰ ਅਰਥ ਹੀ ਨਹੀਂ ਪਤਾ ਹਾਲਾਂਕਿ ਐਜੂਕੇਸ਼ਨ ਦਾ ਸੋਡੀ ਪ੍ਰਤਿਭਾ ਨੂੰ ਅਭਾਰਨਾ ਹੈ ਸੋਡੀ ਪਰਸਨਲਿਟੀ ਨੂੰ ਅਪ ਕਰਨਾ ਹੈ ਉਹਦਾ ਨੌਕਰੀ ਨਾਲ ਕੀ ਸੰਬੰਧ ਜੀ ਨੌਕਰੀ ਕਿਸੇ ਨੂੰ ਮਿਲਦੀ ਹੈ ਵੀ ਕੋ ਸਾਰਿਆਂ ਨੂੰ ਕਿਵੇਂ ਨੌਕਰੀ ਮਿਲ ਜੂਗੀ ਇਸ ਕਰਕੇ ਅਸੀਂ ਬੱਚਿਆਂ ਨੂੰ ਪਹਿਲਾਂ ਹੀ ਚਾਉਣ ਲੱਗ ਜੰਨੇ ਆ ਬਈ ਜੀ ਇੱਥੇ ਤਾਂ ਕੋਈ ਛੋਡਾ ਜੀ ਕੋਈ ਭਵਿੱਖ ਨਹੀਂ ਹੈ ਜੀ ਇੱਥੇ ਤਾਂ ਨੌਕਰੀ ਨਹੀਂ ਮਿਲਨੀ ਬੱਚੇ ਦੇ ਉਹ ਜਦੋਂ ਮਨ ਦੇ ਵਿੱਚ ਉਹ ਗੱਲ ਕਰਦੀ 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 ਇੱਕ ਹੁੰਦੀ ਹੈ ਭੇਡਾਂ ਜਾਲ ਤੇ ਬੱਚੇ ਵੇਖੋ ਵੇਖੀ ਰੀਸਣਾ ਵੀ ਜਾ ਰਹੇ ਆ ਤੇ ਇਹ ਰਜ਼ਾਨ ਬਹੁਤ ਮਾੜਾ ਹੈ ਇਹ ਇਹ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਖਾਸ ਕਰਕੇ ਸਾਡੀ ਕੌਮ ਵਾਸਤੇ ਇਹ ਰਜ਼ਾਨ ਆ ਜਿਹੜਾ ਉਹ ਅੱਤ ਦਰਜੇ ਦਾ ਮਾੜਾ ਜੇ ਨਾ ਰੁਕੇ ਅਸੀਂ ਸਾਰੇ ਪਾਸੇ ਬਰਬਾਦ ਹੋ ਰਹੇ ਹਾਂ ਪਾਣੀ ਸਾਡਾ ਖਤਮ ਹੁੰਦਾ ਜਾ ਰਿਹਾ ਹੈ ਵਾਤਾਵਰਨ ਸਾਡਾ ਖਤਮ ਹੋ ਗਿਆ ਬਿਮਾਰੀਆਂ ਦੀ ਜਕੜ ਚ ਅਸੀਂ ਆ ਗਏ ਹਾਂ ਜੀ ਤੇ ਫਿਰ ਸਾਡੇ ਕੋਲੇ ਬੱਚੇ ਕੀ ਹੈ ਬੱਚੇ ਸਾਡੇ ਬਾਹਰ ਚਲੇ ਗਏ ਮਾਂ ਪਿਓ ਇੱਥੇ ਚੀਕੀ ਜਾਂਦੇ ਆ ਕੋਈ ਸਾਂਭਣ ਵਾਲਾ ਨਹੀਂ ਬੱਚੇ ਉੱਥੇ ਬੈਠੇ ਆ ਸਾਰਾ ਕੁਝ ਹੀ ਦੁਨੀਆ ਦੇ ਵਿੱਚ ਗੜਬੜ ਜੀ ਹੋ ਗਈ ਇਹ ਬੱਚੇ ਹੁਣ ਪੈਦਾ ਕਰਨ ਦਾ ਇਹ ਤਾਂ ਨਹੀਂ ਹੁੰਦਾ ਵੀ ਬੱਚਾ ਕਿੱਥੇ ਬੈਠਾ ਵੀ ਉਹਨੂੰ ਜੀ ਰੋਜ਼ਗਾਰ ਦਵਾਉਣਾ ਹੈ ਬੱਚੇ ਦਾ ਤਾਂ ਇਹੀ ਹੈ ਵੀ ਜਦੋਂ ਅਸੀਂ ਬੁਢਾਪੇ ਜਾਵਾਂਗੇ ਕਿਉਂਕਿ ਸਾਨੂੰ ਸਾਹਮਣੂ ਜੇ ਬੁਢਾਪੇ 'ਚ ਸਾਹਮਣੇ ਵਾਲੇ ਕੋਈ ਨਹੀਂ ਤੇ ਫਿਰ ਹੁਣ ਇਹਨਾਂ ਨੂੰ ਸਮਝਾਵੇ ਕੌਣ ਜੀ ਤਾਂ ਕੁਦਰਤ ਦੀ ਰਜ਼ਾ ਹੀ ਹੈ ਕੁਦਰਤ ਨੇ ਕਰਨਾ ਹੈ ਆਪਾਂ ਤਾਂ ਐਵੇਂ ਵੇਖਣ ਵਾਲੇ ਬੰਦੇ ਆ ਪਤਾ ਨਹੀਂ ਆਪਣੀ ਸੋਚ ਸਹੀ ਹੋਊਗੀ ਕਿ ਨਹੀਂ ਜੋ ਉਹਨੂੰ ਪਾਉਂਦਾ ਹੈ ਉਹੀ ਹੋਊਗਾ ਜੀ ਹਾਂਜੀ ਸਤਿ ਸ੍ਰੀ ਅਕਾਲ ਇਹ ਸਨ ਜਸਕਰਨ ਸੰਤ ਸੀਵਿਆ ਜੀ ਜਿਹੜੇ ਲੇਖਕ ਵੀ ਨੇ ਤੇ ਬੁੱਧੀਜੀਵੀ ਨੇ ਪੰਜਾਬ ਨੂੰ ਲੈ ਕੇ ਜਾਂ ਕੌਮ ਨੂੰ ਲੈ ਕੇ ਬੜਾ ਚਿੰਤਤ ਨੇ ਇਹਨਾਂ ਨੇ ਬੜੀ ਵੱਡੀ ਗੱਲ ਕਹੀ ਆ ਵੀ ਜਿਹੜੀ ਐਜੂਕੇਸ਼ਨ ਆ ਉਹਨੇ ਤੁਹਾਡੀ ਜ਼ਿੰਦਗੀ ਨੂੰ ਉਭਾਰਨਾ ਹੁੰਦਾ ਤੁਹਾਡੀ ਪ੍ਰਤਿਭਾ ਨੂੰ ਉਭਾਰਨਾ ਹੁੰਦਾ ਪਰ ਸਾਡੇ ਜਿਹੜੇ ਸਮਾਜ ਦੇ ਲੋਕ ਆ ਬਹੁਤ ਗਣਤੀ ਲੋਕ ਆ ਉਹ ਐਜੂਕੇਸ਼ਨ ਨੂੰ ਸਿਰਫ ਨੌਕਰੀ ਨਾਲ ਹੀ ਜੋੜ ਕੇ ਦੇਖਦੇ ਆ ਤਾਂ ਕਿ ਰੁਜ਼ਗਾਰ ਦਾ ਸਾਧਨ ਪੈਦਾ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਜਿਹੜੇ ਵਿਦੇਸ਼ਾਂ 'ਚ ਜਾ ਕੇ ਕੰਮ ਕਰਦੇ ਆ ਪਰ ਉਹ ਪੰਜਾਬ 'ਚ ਜਿਹੜੇ ਲੋਕ ਨਹੀਂ ਕੰਮ ਕਰਦੇ ਕਿਉਂਕਿ ਪ੍ਰਵਾਸੀ ਮਜ਼ਦੂਰ ਆ ਕੇ ਪੰਜਾਬ 'ਚ ਰੁਜ਼ਗਾਰ ਲੱਭਦੇ ਨੇ ਤੇ ਉਹਨਾਂ ਨੂੰ ਮਿਲ ਵੀ ਜਾਂਦਾ ਪਰ ਸਾਡਿਆਂ ਨੂੰ ਰੋਜ਼ਗਾਰ ਕਿਉਂ ਨਹੀਂ ਮਿਲਦਾ ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਆਂ ਜਿਹੜੀ ਨੌਜਵਾਨ ਪੀੜੀ ਆ ਉਹ ਪੰਜਾਬ ਨੂੰ ਲੈ ਕੇ ਕਿਸ ਤਰ੍ਹਾਂ ਦੇ ਕੋਈ ਉਪਰਾਲੇ ਸਿੱਖ ਸੰਸਥਾਵਾਂਾਂ ਜਾਂ ਜਿਹੜੀਆਂ ਸਾਡੇ ਐਜੂਕੇਸ਼ਨ ਜਾਂ ਗੁੱਦੀ ਜੀ ਵੀ ਆ ਕੀ ਉਪਰਾਲੇ ਕਰਦੇ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ